ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਨਰੰਗਵਾਲ ਤੋਂ ਵੀਰ ਜਸਪ੍ਰੀਤ ਸਿੰਘ ਜੀ ਦੀ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਪਨੀਰ ਸਿੰਘ ਕੋ ਜੀ ਅਤੇ ਸਮੂਹ ਟੀਵੀ 84 ਦੀ ਟੀਮ ਨੂੰ ਗੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਹਿਲੀ ਮੇਲ ਨੂੰ ਪੜ੍ਹ ਲਈ ਤੇ ਉਸ ਦੇ ਵਿਚਾਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਅੱਜ ਦਾ ਵਿਚਾਰ ਹੈ ਕਿ ਪੰਜਾਬ ਦੀ ਸਿਆਸਤ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ 2016 17 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਸਭ ਧਿਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਇੱਕ ਸਿੱਖ ਨੈਸ਼ਨਲ ਹੋਣ ਦੇ ਨਾਤੇ ਮੈਂ ਇਹ ਦੇਖਦਾ ਹਾਂ ਕਿ ਸਾਡੇ ਹੱਕ ਦੀ ਗੱਲ ਕਿਹੜੀ ਪਾਰਟੀ ਕਰਦੀ ਹੈ ਤੇ ਨਾਲ ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਹੜੀ ਪਾਰਟੀ ਕਰਦੀ ਹੈ। ਆਮ ਆਦਮੀ ਪਾਰਟੀ ਇੱਕ ਨਵੀਂ ਸੋਚ ਲੈ ਕੇ ਮੈਦਾਨ 'ਚ ਉਤਰੀ ਸੀ ਤੇ 2014 ਵਿੱਚ ਮੈਂ ਇਹਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਸੀ। ਮੈਂ ਆਪਣੀ ਜ਼ਿੰਦਗੀ ਚ ਕਦੇ ਵੋਟ ਨਹੀਂ ਪਾਉਂਦਾ ਸੀ ਤੇ ਪਹਿਲੀ ਵਾਰ ਵੋਟ ਮੈਂ ਇਸ ਪਾਰਟੀ ਨੂੰ ਪਾਈ ਸੀ ਫਿਰ ਇੱਕ ਦਿਨ ਉਹਨਾਂ ਦੇ ਫਰੰਟ ਲੀਡਰ ਕੁਮਾਰ ਵਿਸ਼ਵਾਸ ਨੇ ਨੈਸ਼ਨਲ ਮੀਡੀਆ ਤੇ ਸੰਤਾ ਬਾਰੇ ਗਲਤ ਟਿੱਪਣੀ ਕੀਤੀ ਬਾਅਦ ਵਿੱਚ ਉਸ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਤੇ ਮਾਫੀ ਵੀ ਮੰਗੀ ਪਰ ਇਸ ਗੱਲ ਦਾ ਗੁੱਸਾ ਸੀ ਕਿ ਬਕਵਾਸ ਨੈਸ਼ਨਲ ਮੀਡੀਆ ਤੇ ਕੀਤੀ ਅਤੇ ਮਾਫੀ ਸੋਸ਼ਲ ਮੀਡੀਆ ਤੇ ਮੰਗ ਰਿਆ ਸੋਚ ਤਾਂ ਪਤਾ ਲੱਗ ਗਈ ਸੀ ਇਸ ਦੀ ਸੰਤਾ ਬਾਰੇ ਤੇ ਇਸ ਇਹ ਵੀ ਦੇਸ ਦਾਸੀ ਕੇ ਮਾਫੀ ਵੀ ਇਸ ਕਰਕੇ ਮੰਗੀ ਜਾ ਰਹੀ ਹੈ ਕਿ ਕਿਤੇ ਸਿਆਸੀ ਨੁਕਸਾਨ ਨਾ ਹੋ ਜਾਵੇ ਇਹ ਇੱਕ ਬੰਦੇ ਦੀ رائے ਲੱਗੀ ਮੈਨੂੰ ਸੋ ਮੈਂ ਸੋਚਿਆ ਕਿ ਇੱਕ ਬੰਦੇ ਪਿੱਛੇ ਸਾਰੀ ਪਾਰਟੀ ਨੂੰ ਗਲਤ ਸਮਝਣਾ ਠੀਕ ਨਹੀਂ ਮੈਂ ਸਮਰਥਨ ਕਰਦਾ ਰਿਹਾ ਇਹਨਾਂ ਦਾ ਉਸ ਤੋਂ ਬਾਅਦ ਇੱਕ ਦਿਨ ਕੇਜਰੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਉਹ ਨਿਰੰਕਾਰੀ ਬਾਬੇ ਦੇ ਡੇਰੇ ਤੇ ਜਾ ਕੇ ਕਹਿੰਦਾ ਕਿ ਸਾਡੀ ਸਰਕਾਰ ਬਾਬਾ ਜੀ ਦੇ ਅਸ਼ੀਰਵਾਦ ਕਰਕੇ ਆਈ ਹੈ ਸਾਰੀ ਕੈਬਨਰ ਮਜੂਸੀ ਉਸ ਦਿਨ ਦਿਮਾਗ ਠਣ ਗਿਆ ਕਿ ਕਿਤੇ ਹੁਣ ਨਰੰਗਕਾਰੀ ਆਪਣਾ ਬਿਜ਼ਨਸ ਪੰਜਾਬ ਵਿੱਚ ਚਲਾਉਣ ਲਈ ਤਾਂ ਨਹੀਂ ਸੋਚ ਰਹੇ ਜਿਹੜੇ ਭਵਨਾ ਨੂੰ ਇੰਨੀਆਂ ਸ਼ਹਾਤਾਂ ਨਾਲ ਬੰਦ ਕਰਵਾਇਆ ਕਿਤੇ ਉਹ ਫੇਰ ਤਾਂ ਨਹੀਂ ਆਉਣਗੇ ਵਾਪਸ ਉਸ ਦਿਨ ਤੋਂ ਮੈਂ ਇਹਨਾਂ ਦਾ ਸਾਥ ਛੱਡ ਦਿੱਤਾ ਫੇਰ ਸੋਚਿਆ ਕਿਸ ਦਾ ਸਾਥ ਦੇਣਾ ਚਾਹੀਦਾ ਹੈ ਇੱਕ ਹੀ ਬੰਦਾ ਨਜ਼ਰ ਆਇਆ ਉਹ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਪਰ ਅਗਰ ਦੇਖਿਆ ਜਾਵੇ ਉਹ ਹਰ ਇਲੈਕਸ਼ਨ ਵਿੱਚ ਖਾਲਸਾਣ ਦੇ ਮੁੱਦੇ ਤੇ ਵੋਟ ਮੰਗਦੇ ਨੇ ਪਰ ਹਾਰ ਪਰ ਹਰ ਵਾਰ ਬੁਰੀ ਤਰ੍ਹਾਂ ਹਾਰਦੇ ਨੇ ਇੱਕ ਗੱਲ ਹੋਰ ਨੋਟਿਸ ਕੀਤੀ ਉਹਨਾਂ ਬਾਰੇ ਕਿ ਇਹ ਪਾਰਟੀ ਲੋਕਾਂ ਕੋਲ ਚੱਲ ਕੇ ਨਹੀਂ ਆਂਦੀ ਸਗੂ ਲੋਕ ਖੁਦ ਚੱਲ ਕੇ ਇਹਨਾਂ ਕੋਲ ਜਾਂਦੇ ਨੇ ਜੋ ਖਾਲਿਸਤਾਨ ਦੇ ਹੱਕ ਵਿੱਚ ਨੇ ਦੂਜੀ ਕਮੀ ਇਹ ਦਿਖਾਈ ਦਿੱਤੀ ਕਿ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਘੱਟ ਕਰਦੇ ਨੇ ਤੇ ਖਾਲਿਸਤਾਨ ਦੀ ਗੱਲ ਜ਼ਿਆਦਾ ਕਰਦੇ ਨੇ ਜਦਕਿ ਹੁਣ ਇਸ ਤੇ ਉਲਟ ਚਾਹੀਦਾ ਹੈ ਹਾਂ ਖਾਲਿਸਤਾਨ ਸਾਡਾ ਮੁੱਖ ਟੀਚਾ ਹੈ ਪਰ ਉਹਨਾਂ ਵਿੱਚੋਂ ਅਵਿਸ਼ਵਾਸ ਚੱਕਣ ਲਈ ਸਾਨੂੰ ਲੋਕਾਂ ਦੇ ਮੁੱਦਿਆਂ ਤੇ ਤਰਜੀਹ ਜ਼ਿਆਦਾ ਦੇਣੀ ਚਾਹੀਦੀ ਹੈ ਅਤੇ ਖਾਲਿਸਤਾਨ ਪੰਜਾਬ ਦੇ ਬਹੁ ਗਿੰਦੀ ਲੋਕਾਂ ਲਈ ਅੱਜ ਦੀ ਘੜੀ ਕੋਈ ਮੁੱਦਾ ਨਹੀਂ ਤੀਜੀ ਕਮੀ ਉਹਨਾਂ ਦੀ ਇਹ ਹੈ ਕਿ ਉਹਨਾਂ ਕੋਲ ਪੜੇ ਲਿਖੇ ਲੀਟਰਾਂ ਦੀ ਕਮੀ ਹੈ ਜੋ ਠੋਸ ਅਜੰਡਾ ਤੇ ਮੈਨੀਫੈਸਟੋ ਦੇਣ। ਇਹੀ ਕਾਰਨ ਹੈ ਕਿ ਮਾਨ ਸਾਹਿਬ ਹਰ ਇਲੈਕਸ਼ਨ ਹਾਰਦੇ ਨੇ। ਸਾਨੂੰ ਇਸ ਵਾਰ ਪਿਛਲੀਆਂ ਹਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਇਸ ਵਾਰ ਲੋਕਾਂ ਦੇ ਮੁੱਦਿਆਂ ਨੂੰ ਮੁੱਖ ਰੱਖ ਕੇ ਇਲੈਕਸ਼ਨ ਲੜਨੀ ਚਾਹੀਦੀ ਹੈ। ਤੇ ਸਰਕਾਰ ਬਣਾ ਕੇ ਲੋਕਾਂ ਅੱਗੇ ਇੱਕ ਉਦਾਹਰਨ ਰੱਖਣੀ ਚਾਹੀਦੀ ਹੈ ਕਿ ਖਾਲਸਾਣ ਵਿੱਚ ਇਸ ਤਰ੍ਹਾਂ ਦੀ ਸਰਕਾਰ ਹੋਵੇਗੀ ਤਾਂ ਜੋ ਬੋਗਿੰਤੀ ਲੋਕਾਂ ਨੂੰ ਪਤਾ ਲੱਗੇ ਸਾਡੀ ਸੋਚ ਦਾ ਮੈਂ ਤੁਹਾਡੇ ਵਿਚਾਰ ਵੀ ਅਕਸਰ ਸੁਣਦਾ ਰਹਿੰਦਾ ਹਾਂ ਤੁਸੀਂ ਜ਼ਿਆਦਾ ਤਰਜੀਹ ਨਹੀਂ ਦਿੰਦੇ ਐਸਜੀਪੀਸੀ ਦੀ ਇਲੈਕਸ਼ਨ ਜਾਂ ਪੰਜਾਬ ਦੀ ਇਲੈਕਸ਼ਨ ਨੂੰ ਮੇਰੀ ਉਮਰ ਤੇ ਤਜਰਬਾ ਤੁਹਾਡੇ ਨਾਲ ਬਹੁਤ ਘੱਟ ਹੈ ਪਰ ਮੈਂ ਆਪਣੇ ਵਿਚਾਰ ਵੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਦੇ ਵਿੱਚ ਰਹਿ ਕੇ ਜੋ ਵੀ ਪਾਵਰ ਮਿਲ ਸਕਦੀ ਹੈ ਸਾਨੂੰ ਲੈ ਲੈਣੀ ਚਾਹੀਦੀ ਹੈ ਇਸ ਨਾਲ ਵੀ ਸਾਡੇ ਸੰਘਰਸ਼ ਨੂੰ ਹੀ ਬਲ ਮਿਲੇਗਾ ਪੁਲਿਸ ਨੂੰ ਜਾਇ ਤੰਗ ਨਹੀਂ ਕਰੇਗੀ ਕਿਸੇ ਨੂੰ ਅਗਰ ਰੈਫਰੈਂਡਮ ਕਰਵਾਉਣਾ ਹੋਵੇ ਉਸ ਵਿੱਚ ਵੀ ਕੁਝ ਹੱਦ ਤੱਕ ਆਸਾਨੀ ਹੋਵੇਗੀ ਸੋ ਮੇਰੀ ਤਾਂ ਅੱਗੇ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਜਿਹੜੀ ਵੀ ਪਾਰਟੀ ਬਣਾ ਰਹੇ ਨੇ ਸਰਬੱਤ ਖਾਲਸਾ ਧਿਰਾਂ ਵਾਲੇ ਉਹਨਾਂ ਨੂੰ ਪੂਰਾ ਸਮਰਥਨ ਦਿਓ ਅਤੇ ਤੁਸੀਂ ਵੀ ਉਹਨਾਂ ਦਾ ਸਾਥ ਦਿਓ ਏਜੰਡਾ ਤਿਆਰ ਕਰਨ ਲਈ ਤੇ ਮੈਨੀਫੈਸਟੋ ਬਣਾ ਲਈ ਉਹਨਾਂ ਨੂੰ ਰਾਜਨੀਤੀ ਕਰਨੀ ਘਟਾਂਦੀ ਹੈ ਜੋ ਮਦਦ ਲਈ ਲੋੜ ਹੈ ਸਾਨੂੰ ਆਪਣੇ ਸਭ ਗਿਲੇ ਸ਼ਿਕਵੇ ਪੁੱਲ ਕੇ ਕੌਮ ਦੇ ਭਲੇ ਲਈ ਇੱਕ ਹੋਣ ਦੀ ਲੋੜ ਹੈ ਵਾਰ ਜਿੰਨੇ ਵੀ ਵੀਰਪੈਣਾ ਰਹਿੰਦੇ ਨੇ ਸਭ ਨੂੰ ਕਹੋ ਕਿ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਕਹਿਣ ਕਿ ਇਸ ਵਾਰ ਪੰਥ ਦਾ ਸਾਥ ਦੇਣ ਫਿਰ ਗਾਂਦੀਵਾਦੀਆਂ ਤੇ ਭਰੋਸਾ ਕਰਕੇ ਧੋਖਾ ਨਾ ਖਾਣ ਪੰਜਾਬ ਦੀ ਰਾਜਨੀਤੀ ਤੇ ਕਬਜ਼ਾ ਕਰਨਾ ਵੀ ਖਾਲਿਸਤਾਨ ਦੇ ਰਾਹ ਵਿੱਚ ਇੱਕ ਬਹੁਤ ਵੱਡਾ ਅ ਮਾਈਲਸਟੋਨ ਹੋਵੇਗਾ ਬਾਕੀ ਤੁਸੀਂ ਮੇਰੇ ਨਾਲ ਨੂੰ ਜਿਆਦਾ ਜਾਣਦੇ ਹੋ ਅਗਰ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰ ਦੇਣਾ ਅੰਤ ਵਿੱਚ ਇਹੀ ਕਹਾਂਗਾ ਕਿ ਖਾਲਸਤਾਨ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜ਼ਿੰਦਾਬਾਦ 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 ਵੀਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਤੋਂ ਲਿਖਿਆ ਜੀ ਇਹ ਨਾਰੰਗਵਾਲ ਦੀ ਧਰਤੀ ਉਹੀ ਧਰਤੀ ਹੈ ਜਿੱਥੋਂ ਭਾਈ ਸਾਹਿਬ ਆਇਰਨ ਤੀਰਸਿੰਘ ਜੀ ਜਿਹੜੇ ਸੰਤ ਸਿਪਾਈ ਦਾ ਇੱਕ ਰੋਲ ਮਾਡਲ ਸਨ ਜਿਨ੍ਹਾਂ ਨੇ ਧਾਰਮਿਕ ਦੁਨੀਆ ਚ ਅਖੰਡ ਕੀਰਤਨ ਰਾਈ ਅੱਜ ਵੀ ਅਖੰਡ ਕੀਰਤਨੀ ਜਥਿਆਂ ਦੀ ਬਹੁਤ ਵੱਡੀ ਸੇਵਾ ਸਿੱਖੀ ਪ੍ਰਚਾਰ ਦੇ ਵਿੱਚ ਜੀ ਔਰ ਸਿਆਸੀ ਪਿੰਡ ਦੇ ਵਿੱਚ ਉਹਨਾਂ ਨੇ ਕਿਵੇਂ ਜਿਹੜਾ ਸਿੱਖ ਧਰਮ ਆਜ਼ਾਦ ਤਾਂ ਹੀ ਰਹਿ ਸਕਦਾ ਹੈ ਜੇ ਇਸ ਧਰਤੀ ਤੋਂ ਅੰਗਰੇਜ਼ਾਂ ਨੂੰ ਕੱਢਿਆ ਜਾਏ ਇਸ ਕਾਨਸੈਪਟ ਦੇ ਨਾਲ ਉਹਨਾਂ ਨੇ ਗਦਰ ਪਾਰਟੀ ਦੇ ਵਿੱਚ ਜਿਹੜਾ ਬੜਾ ਅਹਿਮ ਰੋਲ ਅਦਾ ਕੀਤਾ ਉਮਰ ਕੈਦ ਉਹਨਾਂ ਨੇ ਲਈ ਔਰ ਜੇਲ੍ਹਾਂ ਦੇ ਵਿੱਚ ਭਾਵੇਂ ਉਹ ਹਜ਼ਾਰੀ ਬਾਗ ਸੀ ਨਾਗਪੁਰ ਸੀ ਲਾਹੌਰ ਸੀ ਬਹੁਤ ਕਸ਼ਟ ਔਰ ਯਾਤਨਾਵਾਂ ਦੇ ਬਾਵਜੂਦ ਉਹਨਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਲੰਬਾਈ ਆਪਣੇ ਧਾਰਮਿਕ ਅਕੀਦਿਆਂ ਤੇ ਪਹਿਰਾ ਦਿੱਤਾ ਜੀ ਸੋ ਵੀਰ ਜਸਪ੍ਰੀਤ ਸਿੰਘ ਦਾ ਸਬੰਧ ਉਸ ਨਾਰਿੰਗਵਾਲ ਪਿੰਡ ਨਾਲ ਹੈ ਔਰ ਮੈਂ ਦੇਖਦੇ ਆ ਕਿ ਵੀ ਬੜੀ ਸਿਆਣਪ ਦੇ ਨਾਲ ਸਾਰੀ ਸਥਿਤੀ ਨੂੰ ਸਮਝਦੇ ਨੇ ਲੌਜੀਕ ਦੇ ਨਾਲ ਦਲੀਲ ਦੇ ਨਾਲ ਉਸ ਬਾਰੇ ਕੋਈ ਹੱਲ ਵੀ ਕੱਢਣਾ ਚਾਹੁੰਦੇ ਨੇ ਅਲਟੀਮੇਟਲੀ ਇਹ ਵੀ ਸਮਝਦੇ ਨੇ ਕਿ ਖਾਲਸਤਾਨ ਤੋਂ ਬਿਨਾ ਸਾਡੇ ਕੋਲ ਕੋਈ ਹੱਲ ਨਹੀਂ ਹੈ ਪਰ ਉਹ ਇਹ ਸਮਝਦੇ ਨੇ ਕਿ ਵੀ ਇਹ ਸਾਡਾ ਅਲਟੀਮੇਟ ਗੋਲ ਹੈ ਵਕਤੀ ਤੌਰ ਤੇ ਸਾਨੂੰ ਪੰਜਾਬ ਦੀ ਸਿਆਸਤ ਲੋਕਾਂ ਦੇ ਮਸਲੇ ਔਰ ਖਾਸ ਤੌਰ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਆਂ ਆ ਜਿਹੜਾ ਜਿਹੜਾ ਖੁਸ਼ਨਾਖੁਸ਼ ਐਕਟੀਵਿਟੀ ਕਰਨ ਦੀ ਰੋਡ ਹੈ ਜੀ ਸੋ ਉਹਦੇ ਚ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਕਿ 2014 ਚ ਉਹਨਾਂ ਨੇ ਸਮਰਥਨ ਦਿੱਤਾ ਫਿਰ ਕੁਮਾਰ ਵਿਸ਼ਵਾਸ ਨੇ ਸੰਤ ਪਿੰਡਾ ਵਾਲਿਆਂ ਬਾਰੇ ਜੋ ਨਾ ਪੱਕੀ ਟਿੱਪਣੀ ਕੀਤੀ ਉਸ ਤੋਂ ਇਹਨਾਂ ਦਾ ਵਿਸ਼ਵਾਸ ਉੱਡਿਆ ਔਰ ਉਹਨੇ ਮਾਫੀ ਸੋਸ਼ਲ ਮੀਡੀਆ ਤੇ ਮੰਗੀ ਜਦੋਂ ਕਿ ਉਹਨੇ ਇਲਜ਼ਾਮ ਤراשי ਨੈਸ਼ਨਲ ਮੀਡੀਆ ਤੇ ਕੀਤੀ ਸੀ ਜੀ ਫਿਰ ਉਹਨਾਂ ਨੇ ਕਿਹਾ ਕਿ ਜੀ ਕੇਜਰੀਵਾਲ ਦੀ ਵੀਡੀਓ ਆਈ ਸਾਹਮਣੇ ਕਿ ਉਹ ਰੰਕਾਰੀ ਡੇਰੇ ਤੇ ਗਿਆ ਔਰ ਉਹਨੇ ਕਿਹਾ ਜੀ ਜੋ ਸੀ ਸਾਡੀ ਜਿੱਤ ਹੋਈ ਹੈ ਤੁਹਾਡੇ ਅਸ਼ੀਰਵਾਦ ਨਾਲ ਹੋਈ ਹੈ ਔਰ ਫਿਰ ਉਹਨਾਂ ਨੇ ਮਾਨ ਸਾਹਿਬ ਦਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਤਨ ਕਾਰ ਦਿੱਤਾ ਚਲੋ ਚੰਗੀ ਗੱਲ ਹੈ ਕਿ ਘਟੋ ਘਾਟ 2-3 ਸਾਲ ਬਾਅਦ ਉਹਨਾਂ ਦਾ ਮਨ ਤਾਂ ਬਣ ਗਿਆ ਕਿ ਭਾਈ ਇਹ ਕਿੱਥੋਂ ਆ ਰਹੇ ਨੇ ਔਰ ਅਲਟੀਮੇਟਲੀ ਇਹਨਾਂ ਦਾ ਏਜੰਡਾ ਸਿੱਖ ਏਜੰਡਾ ਨਹੀਂ ਜੀ ਪਰ ਅਜੇ ਮੰਦੇਪਾਗਾ ਨੂੰ ਬਹੁਤ ਸਾਰੇ ਸਾਡੇ ਵੀਰ ਭੈਣਾਂ ਜਿਹੜੇ ਇੱਧਰ ਬਾਹਰ ਵੀ ਨੇ ਉਹ ਚੁਕਾ ਪਹਿਲਾਂ ਉਹ ਮਨਪ੍ਰੀਤ ਬਾਦਲਵਾਲ ਦੌੜੇ ਸੀ ਉਹਨਾਂ ਜਿਹਨੂੰ ਬਹੁਤ ਸਾਰੇ ਇੱਧਰੋਂ ਦੌੜ ਰਹੇ ਨੇ ਉਹਨਾਂ ਨੂੰ ਵੀ ਸ਼ਾਇਦ ਸਮਝ ਆ ਜਾਏ ਕਿ 2-3 ਸਾਲ ਲਾ ਕੇ ਪਰ ਫਿਰ ਉਹੀ ਹੁੰਦਾ ਹੈ ਕਿ ਆਪ ਪਛਤਾਏ ਕੀ ਹੋਤ ਜਦੋਂ ਚਿੜੀਆਂ ਚੁਗ ਗਈ ਖੇਤ ਫਿਰ ਉਹਨਾਂ ਨੇ ਮਾਨ ਸਾਹਿਬ ਦਾ ਜ਼ਿਕਰ ਕਰਦੇ ਆ ਕਿ ਹੈ ਕਿ ਵੀ ਉਹ ਖਾਲਸਤਾਨ ਦਾ ਮੁੱਦਾ ਚੁੱਕਦੇ ਨੇ ਹਰ ਵਾਰ ਹਾਰ ਜਾਂਦੇ ਨੇ ਲੋਕਾਂ 'ਚ ਨਹੀਂ ਜਾਂਦੇ ਔਰ ਸਾਨੂੰ ਜ਼ਿਆਦਾ ਲੋਕ ਮਸਲਿਆਂ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਖਾਲਸਤਾਨ ਦੀ ਜੀ ਜ਼ਿਆਦਾ ਫਿਰ ਉਹਨਾਂ ਕਿ ਆ ਵੀ ਉਹਨਾਂ ਕੋਲ ਪੜੇ ਲਿਖੇ ਲੀਡਰਾਂ ਦੀ ਵੀ ਕਮੀ ਹੈ ਔਰ ਸਾਨੂੰ ਪਿਛਲੀਆਂ ਚੋਣਾਂ ਤੋਂ ਇਸ ਵਾਰ ਸਬਕ ਲੈਣਾ ਚਾਹੀਦਾ ਹੈ ਔਰ ਇਸ ਬਾਰੇ ਇਹ ਰੀਅਲਿਸਟਿਕ ਅਪਰੋਚ ਰੱਖਣੀ ਚਾਹੀਦੀ ਦੇਖੋ ਮੈਂ ਸਮਝਦਾ ਹਾਂ ਵੀ ਜਨਕ ਇਹ ਠੀਕ ਹੈ ਕਿ ਅਲਟੀਮੇਟਲੀ ਸ਼੍ਰੋਮਣੀ ਅਕਾਲੀ ਦਰ ਅਮਰਸਰ ਸੁਮਿੰਜੀਤ ਸਿੰਘ ਮਾਨ ਉਸ ਸੋਚ ਦੇ ਉੱਤੇ ਹੀ ਖੜੇ ਨੇ ਜਿਹੜੀ ਸੰਜਨ ਐਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਫਾਈਨਲ ਜਿਹੜਾ ਰਿਸੋਲਵ ਦਿੱਤਾ ਸੀ ਕਿ ਜਦੋਂ ਫੌਜ ਦੇ ਪੈਰ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਜ਼ੂਰ ਚ ਪੈ ਖਾਲਸਤਾਨ ਦੀ ਨਹੀਂ ਰੱਖੀ ਜਾਵੇਗੀ ਜੀ ਪਰ ਇਹ ਨਹੀਂ ਹੈ ਸਮੇਂ-ਸਮੇਂ ਜਿਹੜੇ ਪੰਜਾਬ ਦੇ ਮੁੱਦੇ ਨੇ ਉਸ ਦੇ ਉੱਤੇ ਉਹ ਗੱਲ ਵੀ ਕਰਦੇ ਨੇ ਮੌਕੇ ਤੇ ਵੀ ਪਹੁੰਚਦੇ ਨੇ ਆ ਲੇਕਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਕੋਲ ਉਸ ਕਿਸਮ ਦਾ ਨੈਟਵਰਕ ਪਾਰਟੀ ਤਾਂਚਾ ਤਾਂ ਹੈ ਪੰਜਾਬ ਦੇ ਵਿੱਚ ਉਹਨਾਂ ਦਾ ਜ਼ਿਲ੍ਹਾ ਵਾਈਜ਼ ਜਾਂ ਕੇ ਪਰ ਬਹੁਤ ਸਾਰੇ ਜਿਹੜਾ ਕਿ ਆਰਟੀਕੂਲੇਟ ਕਰ ਸਕਣ ਉਹ ਸਿਚੁਏਸ਼ਨ ਉਹਦਾ ਵੀ ਸ਼ਾਇਦ ਇੱਕ ਕਾਰਨ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਪੜ੍ਹੇ ਲਿਖੇ ਵੀ ਕਹਿੰਦੇ ਆ ਉਹ ਉਧਰ ਹੀ ਜਾਂਦੇ ਨੇ ਜਿੱਧਰ ਚੋਪੜੀਆਂ ਮਿਲਦੀਆਂ ਜੇਲਾਂ ਕੱਟਣ ਲਈ ਜਾਂ ਦੇਸ਼ ਧਰੋਹ ਦੇ ਇਲਜ਼ਾਮ ਲਗਾਉਣ ਲਈ ਲਵਾਉਣ ਲਈ ਕਿੰਨੇ ਪੜ੍ਹੇ ਲਿਖੇ ਜਿਹੜੇ ਨੇ ਅੱਗੇ ਆਣਦੇ ਨਹੀਂ ਜਾਂ ਅੱਗੇ ਆਣ ਲਈ ਤਿਆਰ ਹੋਣਗੇ ਪਰ ਫਿਰ ਵੀ ਕਿਉਂਕਿ ਇਹਨਾਂ ਦੀ ਭਾਵਨਾ ਇਹ ਹੈ ਵੀ ਅੱਛਾ ਜਿਹੜਾ ਹੈ ਉਹ ਜਿੱਥੇ ਬੰਦਕ ਢਾਂਚਾ ਹੋਏ ਤਾਂ ਕਿ 2017 ਦੀਆਂ ਚੋਣਾਂ 'ਚ ਪੰਜਾਬ ਦੇ ਮੁੱਦਿਆਂ ਤੇ ਫੋਕਸ ਕਰਕੇ ਸਾਡੀ ਪੰਥਕ ਤੇਰ ਜਿਹੜੀ ਆ ਆਪਣੀ ਥਾਂ ਬਣਾ ਸਕੇ ਫਿਰ ਉਹਨਾਂ ਨੇ ਸਾਡੇ ਨੂੰ ਵੀ ਕਿਹਾ ਕਿ ਵੀ ਤੁਸੀਂ ਵੀ ਕਦੇ ਐਸਜੀਪੀਸੀ ਜਾਂ ਪੰਜਾਬ ਦੀਆਂ ਚੋਣਾਂ ਤੇ ਬਹੁਤਾ ਫੋਕਸ ਨਹੀਂ ਕਰਦੇ ਬਿਲਕੁਲ ਠੀਕ ਹੈ ਗੱਲ ਕਿਉਂਕਿ ਇਹ ਵੀ ਨਹੀਂ ਹੈ ਅਸੀਂ ਕਿ ਕੋਈ ਇਹ ਲਾਈਨ ਦਿੱਤੀ ਹੈ ਕਿ ਭਈ ਉੱਥੇ ਕੋਈ ਫੋਕਸ ਨਾ ਕਰੇ ਪਰ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਜਿਹੜਾ ਅਲਟੀਮੇਟ ਗੱਲ ਹੈ ਇਹਦੇ ਚੋਂ ਬਹੁਤਾ ਕੁਝ ਨਿਕਲਣਾ ਨਹੀਂ ਹੈ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਨੇ ਮੁੰਡਿਆਂ ਨੂੰ ਮੁੰਡਿਆਂ ਕੁੜੀਆਂ ਨੂੰ ਨੌਕਰੀਆਂ ਵੀ ਦਿਵਾਉਣੀ ਐ, ਬਦਲੀਆਂ ਵੀ ਕਰਵਾਉਣੀ ਐ, ਰਹਿਣਾ ਵੀ ਐ ਉਸੇ ਹੀ ਸਮਾਜ। ਉਹਨਾਂ ਦੀ ਲੋੜ ਐ ਔਰ ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਐ ਕਿ ਜੇ ਕੋਈ ਨੈਟਵਰਕ ਜਿਵੇਂ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਜਾਂ ਬਾਕੀ ਤਰ੍ਹਾਂ ਨਾਅਰ ਰੜਕੇ ਤੁਸੀਂ ਵਿਧਨ ਦਾ ਸਿਸਟਮ ਆਪਣੀ ਗੱਲ ਨੂੰ ਅੱਗੇ ਵਧਾਓ, ਲੋਕਾਂ ਦੀਆਂ ਡੇ ਟੂ ਡੇ ਸਮੱਸਿਆਵਾਂ, ਮਸਲਿਆਂ ਨਾਲ ਵੀ ਨਜਿੱਠੋ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਸਾਨੂੰ ਪਾਵਰ ਲੈ ਲੈਣੀ ਚਾਹੀਦੀ ਐ, ਉਹਦੇ ਨਾਲ ਇਹ ਹੋਏਗਾ ਵੀ ਹਰਾਸਮੈਂਟ ਨਹੀਂ ਹੋਏਗੀ। 2020 ਦੇ ਰੀਫਰੈਂਡਮਸ ਵੀ ਹੈਲਪ ਹੋ ਸਕਦੀ ਹੈ ਔਰ ਜੁन्होंने ਕਿਹਾ ਕਿ ਵੀ ਪੰਜਾਬ ਦੇ ਵਿੱਚ ਜਿਹੜੀਆਂ ਧਰਾਂ ਸਰਬਤ ਖਾਲਸਾ ਜਾਂ ਇਸ ਕਿਸਮ ਦੇ ਅਗਲੇ ਮਤਿਆਂ ਵੱਲ ਨੇ ਉਹਨਾਂ 'ਚ ਤੁਸੀਂ ਮਦਦ ਕਰੋ ਡਰਾਫਟਿੰਗ ਚ ਦੂਸਰੇ ਅਸੀਂ ਆਲਰੇਡੀ ਇੱਥੇ ਪ੍ਰੋਸੈਸ ਦੇ ਉੱਤੇ ਕੰਮ ਕਰ ਰਹੇ ਹਾਂ ਮੈਂ ਅਜੇ ਕੋਈ ਵੀਰਵਾ ਨਹੀਂ ਦੱਸ ਸਕਦਾ ਪਰ ਇਹ ਸਾਡੇ ਲਈ ਇੱਕ ਪ੍ਰਾਈਮ ਫੋਕਸ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਗਰਾਸ ਰੂਟ ਲੈਵਲ ਦੇ ਉੱਤੇ ਕੰਮ ਹੋ ਸਕੇ ਔਰ ਇਸੇ ਕੰਟੈਕਸਟ ਨੇ ਵਿੱਚ ਜਿਹੜੀਆਂ ਸਾਡੀਆਂ ਧਰਾਂ ਨੇ ਜਿਵੇਂ ਬਹਿਬਲ ਕਲਾਂ ਦੇ ਵਿੱਚ ਜਸਟਿਸ ਕਟਜੂ ਦੇ ਕਮਾਂਡ ਥੱਲੇ ਪੂਰੀ ਹੀਅਰਿੰਗ ਹੋਈ ਔਰ ਉਸ ਦਾ ਨਤੀਜਾ ਸੀ ਕਿ ਉੱਥੇ ਇੱਕ ਪੂਰੀ ਰਿਪੋਰਟ ਤਿਆਰ ਹੋਈ ਹੈ ਅੱਜ ਸਾਡੇ ਟੀਵੀ 84 ਨਿਊਜ਼ ਪ੍ਰੋਗਰਾਮ ਦੇ ਵਿੱਚ ਪਰਮਜੀਤ ਸਿੰਘ ਗਾਜ਼ੀ ਜਿਨ੍ਹਾਂ ਨੇ ਇਸ ਦੇ ਉੱਤੇ ਕੰਮ ਸਿਕ ਸਿਆਸਦੀ ਟੀਮ ਨੇ ਉਹ ਐਡੀਟਰ ਨੇ ਸਿਕ ਸਿਆਸਤ ਦੇ ਇਹ ਵੀ ਹੋਏਗਾ ਜੀ ਔਰ ਐਤਵਾਰ ਸ਼ਾਮ ਨੂੰ 7 ਵਜੇ ਅਜੇ ਤੱਕ ਪ੍ਰੋਮੋ ਚੱਲ ਰਿਹਾ ਇੱਕ ਡਾਕੂਮੈਂਟਰੀ ਫੁੱਲ ਫਲੈਜਡ ਇਸ ਦੇ ਉੱਤੇ ਉਹਦਾ ਪਹਿਲਾ ਪਾਰਟ ਉਸ ਰਿਪੋਰਟਿੰਗ ਤੇ ਸਾਡੇ ਟੀਵੀ 84 ਤੇ ਜਿਹੜੀ ਹੈ ਉਹ ਦਿਖਾਈ ਜਾਏਗੀ ਉਹ ਐਕਸਕਲੂਸਿਵ ਸਾਡਾ ਪਹਿਲਾ ਸ਼ੋਅ ਹੋਵੇਗਾ ਸੋ ਅਸੀਂ ਸਮਝਦੇ ਹਾਂ ਵੀ ਅਸੀਂ ਉੱਥੇ ਜਿਹੜੇ ਕੰਮ ਕਰਨ ਵਾਲੀਆਂ ਧਿਰਾਂ ਨੇ ਕਿਸੇ ਫੀਲਡਸ ਵੀ ਉਹਨਾਂ ਦੀ ਮਦਦ ਵੀ ਕਰਦੇ ਔਰ ਅਸੀਂ ਉਸ ਸਨੇਹ ਨੂੰ ਵੀ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦੇ ਔਰ ਪੋਲੀਟੀਕਲ ਵੀ ਸਾਡਾ ਯਤਨ ਹੈ ਵੀ ਕੋਈ ਨਾ ਕੋਈ ਕੰਕ੍ਰੀਟ ਕੰਮ ਪੰਜਾਬ ਦੇ ਵਿੱਚ ਹੋਏ ਤਾਂ ਕਿ 2017 ਦੀਆਂ ਚੋਣਾਂ 'ਚ ਅਕਾਲੀਆਂ ਜਾਂ ਕਾਂਗਰਸ ਦਾ ਸਪੇਸ ਇਹ ਆਮ ਆਦਮੀ ਪਾਰਟੀ ਵਾਲੇ ਨਾਲ ਲੈ ਸਕਣ ਸਾਡੀ ਤਰ ਮੌਜੂਦ ਹੋਏ ਜੀ ਤੋਂ ਇਹਨਾਂ ਦਾ ਵੀ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਰਸਾਇਤਰਾ ਨੇ ਆਪ ਬ੍ਰੇਕ ਪੀਅਰਸ ਦਸਨਾ ਇਸ ਤਰ੍ਹਾਂ ਬਨੇਰਾ ਮਿਲ ਰਿਹਾ ਆਫਟਰ ਇਸ ਸ਼ਾਰਟ ਬ੍ਰੇਕ